ਸਾਲ 2015 ਵਿੱਚ ਜ਼ਿਲ੍ਹਾ ਫਰੀਦਕੋਟ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਰਤਾ ਵਜੋਂ ਮੁਲਜ਼ਮ ਕਰਾਰ ਦਿੱਤੇ ਗਏ ਪ੍ਰਦੀਪ ਕਲੇਰ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਅਤੇ ਫਰੀਦਕੋਟ ਪੁਲਿਸ ਦੇ CIA ਸਟਾਫ ਨੇ ਸਾਂਝਾ ਆਪਰੇਸ਼ਨ ਚਲਾ ਕੇ ਗ੍ਰਿਫਤਾਰ ਕਰ ਲਿਆ। ਪੁਲਿਸ ਟੀਮਾਂ ਨੇ ਪ੍ਰਦੀਪ ਕਲੇਰ ਨੂੰ ਹਰਿਆਣਾ ਦੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ। ਸ਼ਨੀਵਾਰ ਨੂੰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਲੈ ਲਿਆ ਗਿਆ। ਪੁਲਿਸ ਮੁਤਾਬਕ ਪ੍ਰਦੀਪ ਕਲੇਰ ਡੇਰਾ ਪ੍ਰੇਮੀ ਹੈ ਅਤੇ ਡੇਰੇ ਦੀ ਅਹਿਮ ਕਮੇਟੀ ਦਾ ਮੈਂਬਰ ਹੈ। ਪ੍ਰਦੀਪ ਕਲੇਰ ਡੇਰਾ ਸੱਚਾ ਸੌਦਾ ਸਿਰਸਾ ਦੀ ਰਾਸ਼ਟਰੀ ਯੂਥ ਵਿੰਗ ਦਾ ਆਗੂ ਹੈ। 42 ਸਾਲਾ ਪ੍ਰਦੀਪ ਕਲੇਰ ਹਰਿਆਣਾ ਦੇ ਕੈਥਲ ਦਾ ਵਸਨੀਕ ਹੈ। ਉਸ ਉੱਤੇ ਫਰੀਦਕੋਟ ਜ਼ਿਲ੍ਹੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਰੂਪ ਚੋਰੀ ਕਰਨ, ਬਰਗਾੜੀ ਦੀਆਂ ਗਲੀਆਂ ਵਿੱਚ ਸੁੱਟ ਕੇ ਸਰੂਪ ਦੀ ਬੇਅਦਬੀ ਕਰਨ ਅਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਵਿਵਾਦਿਤ ਪੋਸਟਰ ਚਿਪਕਾਉਣ ਦੀਆਂ ਘਟਨਾਵਾਂ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਹਨ। ਇਹ ਜੋ ਪ੍ਰਦੀਪ ਕਲੇਰ ਦੀ SIT ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ, ਇਹ 3 ਮੁਕੱਦਮਿਆਂ ਦੇ ਵਿੱਚ ਵਾਰੰਟਡ ਸੀਗਾ, ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ ਸੀਗੇ। ਇਹ ਪਰਚੇ 2015 'ਚ ਰਜਿਸਟਰ ਕੀਤੇ ਗਏ ਸੀਗੇ, ਜਿਨ੍ਹਾਂ ਦੇ ਵਿੱਚ ਇਹਦਾ ਰੋਲ ਮੇਨ ਕੌਂਸਪੀਰੇਟਰ ਦੇ ਤੌਰ 'ਤੇ ਸੀਗਾ। ਇਹਨਾਂ ਮੁਕੱਦਮਿਆਂ ਦੀ ਤਫਤੀਸ਼ ਵਾਸਤੇ SIT ਕੌਂਸਟੀਚਿਊਟ ਕੀਤੀ ਗਈ ਸੀ, ਔਰ ਉਸ SIT ਨੇ ਹੀ ਇਸ ਓਪਰੇਸ਼ਨ ਦੇ ਵਿੱਚ, ਜਿਹਦੇ 'ਚ ਇੰਚਾਰਜ CIA ਫਰੀਦਕੋਟ ਵੀ ਉਸਦੇ ਮੈਂਬਰ ਸੀਗੇ, ਉਹਨਾਂ ਸਾਰਿਆਂ ਨੇ ਰਲ ਕੇ ਇਹ ਐਫਰਟ ਕਰਕੇ ਇਹਨੂੰ ਅਰੈਸਟ ਕੀਤਾ ਹੈਗਾ। ਇਸ ਦੇ ਬਾਰੇ ਜਾਣਕਾਰੀ ਸਾਨੂੰ ਕੁਛ ਦੇਰ ਤੋਂ ਸੀ, ਸਾਡੀਆਂ ਟੀਮਾਂ ਇਹਦੇ ਪਿੱਛੇ ਲੱਗੀਆਂ ਹੋਈਆਂ ਸੀਗੀਆਂ, ਔਰ ਟੈਕਨੀਕਲ ਇਨਪੁੱਟਸ ਦੇ ਬੇਸ 'ਤੇ, ਹਿਊਮਨ ਇੰਟ ਦੇ ਬੇਸ 'ਤੇ ਅਸੀਂ ਕਾਫੀ ਦੇਰ ਤੋਂ ਪੂਰੀ ਕੋਸ਼ਿਸ਼ ਕਰ ਰਹੇ ਸੀਗੇ, ਕਿਉਂਕਿ ਇਸਦਾ ਰੋਲ ਮੇਨ ਕੌਂਸਪੀਰੇਟਰ ਵੱਲੋਂ ਵਜੋਂ ਸਾਹਮਣੇ ਆ ਰਿਹਾ ਸੀਗਾ। ਇਸ ਕਰਕੇ ਸਾਡੀ ਐਫਰਟ ਸੀਗੀ ਕਿ ਇਸ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਤਾਂ ਕਿ ਤਫਤੀਸ਼ ਨੂੰ ਅੱਗੇ ਵਧਾਇਆ ਜਾ ਸਕੇ। ਇਸ ਨੂੰ 2021 ਦੇ ਵਿੱਚ PO ਐਲਾਨਿਆ ਗਿਆ ਸੀ, ਔਰ ਅਜੇ ਫਿਲਹਾਲ ਜਿਹੜੀ ਅੱਜ ਅਰੈਸਟ ਇਹਦੀ ਪਾਈ ਆ ਉਹ 174A ਵਾਲੇ ਜਿਹੜੇ ਕੇਸਿਸ ਦੇ ਅਗੇਂਸਟ ਰਜਿਸਟਰ ਹੋਏ ਸੀਗੇ ਉਹਨਾਂ 'ਚ ਪਾਈ ਆ, ਕਿਉਂਕਿ ਇਹ ਜਿਹੜੇ 63, 117 ਔਰ 128 ਜਿਹੜੀਆਂ 3 FIRs ਸੀਗੀਆਂ 2015 ਦੀਆਂ, ਉਹਦੇ ਵਿੱਚ ਇਹਨੂੰ PO ਡਿਕਲੇਅਰ ਕੀਤਾ ਗਿਆ ਸੀਗਾ। ਸੋ ਉਸ ਦੇ ਸੰਦਰਭ ਦੇ ਵਿੱਚ 174A ਦੇ ਅਧੀਨ ਮੁਕੱਦਮੇ ਰਜਿਸਟਰ ਕੀਤੇ ਸੀ, ਇਹਨਾਂ ਇਸ ਨੂੰ ਉਹਨਾਂ ਮੁਕੱਦਮਿਆਂ 'ਚ ਗ੍ਰਿਫਤਾਰ ਕੀਤਾ ਗਿਆ। ਹਾਂ, ਜੋ ਮੈਨੂੰ ਦੱਸਿਆ ਗਿਆ ਆ ਉਸ ਮੁਤਾਬਕ ਇਹ ਇੱਕ ਜਿਹੜੀ ਹਾਈ ਲੈਵਲ ਦੀ ਕਮੇਟੀ ਸੀ ਉਹਦਾ ਮੈਂਬਰ BC।